ਅੰਮ੍ਰਿਤ ਦ੍ਰਿਸ਼ਟ ਸੱਚ ਜੀਵਾਏ ਦਾ ਮਤਲਬ ਹੈ ਵੇ ਜਦੋਂ ਮਨ ਨੂੰ ਸਤਗੁਰ ਦੀ ਮਤ ਦੀ ਦ੍ਰਿਸ਼ਟੀ ਰੂਪੀ ਅੰਮ੍ਰਿਤ ਪ੍ਰਾਪਤ ਹੋ ਜਾਂਦਾ ਹੈ ਤਾਂ ਮੈਂ ਜੀ ਉੱਠਦਾ ਹਾਂ ਮੈਂ ਨਵਾਂ ਭੁਪਿੰਦਰ ਸਿੰਘ ਬਣ ਜਾਂਦਾ ਹਾਂ ਅਸੀਂ ਬਾਣੀ ਪੜ੍ਹ ਕੇ ਸਤਗੁਰ ਕਾ ਜਨਮ ਹੈ ਗਵਨ ਮਿਟਾਇਆ ਅਸੀਂ ਬਾਣੀ ਪੜ੍ਹ ਕੇ ਸਤਗੁਰ ਦੇ ਘਰ ਜਨਮ ਲੈਣਾ ਇਹ ਕਾ ਮੇਰਾ ਸ਼ਰੀਰ ਹੈ ਜਿਸ ਨੇ ਮੰਮੀ ਪਾਪਾ ਕੋਲ ਜਨਮ ਲਿਆ ਹੈ ਇਸ ਮੇਰੇ ਪਾਪਾ ਜੀ ਦਾ ਨਾਮ ਫਰਜ਼ ਕਰੋ ਸਦਾਰ ਚਰਨ ਸਿੰਘ ਜੀ ਸੀ ਮੇਰੀ ਮਦਰ ਦਾ ਨਾਮ ਅਗਿਆ ਕੌਰ ਜੀ ਸੀ ਦੋਨੋਂ ਚੜਾਈ ਕਰ ਗਏ ਨੇ ਉਹਨਾਂ ਦਾ ਇੱਕ ਪੁੱਤਰ ਹੈ ਭੁਪਿੰਦਰ ਸਿੰਘ ਇਹ ਉਸ ਸਰੀਰ ਦੀ ਗੱਲ ਨਹੀਂ ਚੱਲ ਰਹੀ ਜਦੋਂ ਅਸੀਂ ਸਤਗੁਰ ਦੇ ਘਰ ਜਨਮ ਲੈਂਦੇ ਆ ਨਾ ਤਾਂ ਅੰਮ੍ਰਿਤ ਦ੍ਰਿਸ਼ਟ ਸੱਚ ਜੀਵ ਆਏ ਹੁੰਦਾ ਹੈ ਫਿਰ ਅਸੀਂ ਇੱਕ ਨਾ ਮਰਨ ਵਾਲੀ ਇਟਰਨਲ ਥਾਟਸ ਵਾਲੀ ਆਤਮਕ ਮੌਤ ਨਾ ਹੋਣ ਵਾਲੀ ਅਕਲ ਲੈਂਦੇ ਆ ਜਿਹੜਾ ਸੀ ਪਲ ਪਲ ਮਿਸਬੀਹੇਵ ਕਰਦੇ ਆ ਨਾ ਉਹਨੂੰ ਮਰਨਾ ਕਹਿੰਦੇ ਨੇ ਆਖਾਂ ਜੀਵਾਂ ਵਿਸਰੈ ਨਾਨਕ ਜੀਤ ਵੇਲਾ ਵਿਸਰੈ ਮੇਰਾ ਸਵਾਮੀ ਤਿਤ ਵੇਲਾ ਮਰ ਜਾਏ ਜੀ ਉਹ ਮੇਰਾ ਭਾਈ ਸਾਹਿਬ ਮੈਂ ਜਿਸ ਪਲ ਸੱਚ ਕਾ ਪੱਲਾ ਛੋੜਦਾ ਹੂੰ ਉਸੇ ਟਾਈਮ ਮਰ ਜਾਂਦਾ ਹੂੰ ਜਿਸ ਦਿਨ ਬੱਚਾ ਆਪਣੇ ਮਾਪਿਓ ਦੇ ਨਾਲ ਹਾਜ਼ਰ ਜਵਾਬੀ ਕਰਨਾ ਸ਼ੁਰੂ ਕਰਦਾ ਨਾ ਉਸ ਤੋਂ ਬਾਅਦ ਦੂਰੀ ਵੱਧਦੀ ਹੈ ਪਰ ਇਹ ਦੂਰੀ ਕਿੰਨੀ ਦੂਰ ਤੱਕ ਹੋ ਸਕਦੀ ਹੈ ਬੱਚਾ ਹਮੇਸ਼ਾ ਵਾਸਤੇ ਮਾਪਿਓ ਤੋਂ ਦੂਰ ਚਲਾ ਜਾਏ ਇਹ ਦੂਰੀ ਕਿੰਨੀ ਦੂਰ ਤੱਕ ਹੋ ਸਕਦੀ ਹੈ ਕਿ ਮਾਪਿਓ ਉਹਨੂੰ ਆਪਣੀ ਆਪਣੀ ਆ ਪ੍ਰਾਪਰਟੀ ਚੋਂ ਬੇਦਖਲ ਕਰ ਦੇਣ ਇਹ ਦੂਰੀ ਪਤੀ ਪਤਨੀ ਦੀ ਕਿੰਨੀ ਦੂਰ ਹੋ ਸਕਦੀ ਹੈ ਕਿ ਉਹਨਾਂ ਦਾ ਡਿਵੋਰਸ ਹੋ ਜਾਏ ਪਰ ਇਹ ਸਾਰਾ ਜਿਹੜਾ ਐਂਡ ਰਿਜ਼ਲਟ ਹੈ ਨਾ ਇਹ ਸ਼ੁਰੂ ਉਸ ਦਿਨ ਹੋਇਆ ਜਿਸ ਦਿਨ ਬਦਜ਼ਬਾਨੀ ਕੀਤੀ ਦੂਜੀ ਲਾਅ ਤੋੜ ਦਿੱਤੀ ਪਹਿਲੀ ਲਾਵੇ ਸੀ ਐਡਜਸਟ डोंਟ ਪ੍ਰੋਟੈਸਟ ਦੂਜੀ ਲਾਵੇ ਸੀ ਡੋਂਟ ਬ੍ਰੇਕ ਵਾਲ ਆਫ ਰਿਸਪੈਕਟ ਬਸ ਅਸੀਂ ਦੂਜੇ ਦੇ ਨਾਲ ਸਤਕਾਰ ਦੀ ਵਾਲ ਤੋੜੀ ਮਰ ਗਏ ਸਤਗੁਰ ਨੇ ਮਨੂ ਸੁੱਕੇ ਤੋਂ ਹਰਾ ਕਰ ਦਿੰਦਾ ਇਕਦਮੀ ਅੰਮ੍ਰਿਤ ਦ੍ਰਿਸ਼ਟ ਸੰਤ ਜੀਵਾਏ ਮਨੂ ਨਾ ਮਰਨ ਵਾਲੀ ਅਕਲ ਦਿੰਦਾ ਹੈ ਉਹਨੂੰ ਆਮ੍ਰਿਤ ਕਹਿੰਦੇ ਨੇ ਮ੍ਰਿਤ ਹੁੰਦਾ ਮਰਨਾ ਆਮ੍ਰਿਤ ਨਾ ਮਰਨ ਵਾਲੀ ਨਾ ਮਰਨ ਵਾਲੀ ਅਕਲ ਨੂੰ ਕਹਿੰਦੇ ਨੇ ਇਟਰਨਲ ਅਸੀਂ ਜਦੋਂ ਸਤਗੁਰ ਦੇ ਘਰ ਜਨਮ ਲੈਂਦੇ ਨਾ ਏਕ ਬੂੰਦ ਗੁਰ ਅਮਰਦਿਨੋਂ ਤਾਂ ਅਟਲ ਅਮਰ ਨਾਮ ਹੁਆ ਫਿਰ ਅਸੀਂ ਸਦੀਵੀ ਜੀਵਨ ਸਿੱਖਦੇ ਆਂ